ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਦੌਰਾਨ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਭਗਵਾਨ ਬਲਭਦਰ ਦੀ ਮੂਰਤੀ ਸੇਵਕਾਂ ਦੇ ਉੱਤੇ ਡਿੱਗੀ ਹੈ, ਜਿਸ ਦੇ ਵਿੱਚ 9 ਲੋਕ ਜ਼ਖਮੀ ਹੋਏ ਨੇ ਅਤੇ ਰੱਥ ਤੋਂ ਉਤਾਰ ਕੇ ਮੰਦਰ ਜਦੋਂ ਮੂਰਤੀ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਢਲਾਨ ਸੀ ਅਤੇ ਢਲਾਨ ਤੋਂ ਸਿੱਧਾ ਹੀ ਸ਼ਰਧਾਲੂਆਂ ਦਾ ਜੋ ਪੈਰ ਸੀ ਉਹ ਸਲਿੱਪ ਹੁੰਦਾ ਹੈ ਅਤੇ ਉਸ ਤੋਂ ਬਾਅਦ ਮੂਰਤੀ ਉਹਨਾਂ ਦੇ ਉੱਪਰ ਹੀ ਡਿੱਗ ਜਾਂਦੀ ਹੈ। ਹਾਲਾਂਕਿ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਮੂਰਤੀ ਹੈ ਉਹ ਸ਼ਰਧਾਲੂਆਂ ਦੇ ਵੱਲੋਂ ਚੱਕੀ ਹੋਈ ਹੈ। ਪਰ ਅਚਾਨਕ ਹੀ ਕਿਹਾ ਜਾ ਰਿਹਾ ਕਿ ਜਦੋਂ ਢਲਾਨ ਦੇ ਉੱਤੋਂ ਰੱਥ ਦੇ ਵਿੱਚੋਂ ਇਹ ਮੂਰਤੀ ਨੂੰ ਉਤਾਰ ਕੇ ਲੈ ਕੇ ਆਉਂਦੇ ਨੇ ਤਾਂ ਅੱਗੇ ਢਲਾਨ ਹੁੰਦੀ ਹੈ, ਢਲਾਨ ਤੋਂ ਪੈਰ ਸਲਿੱਪ ਹੁੰਦਾ ਅਤੇ ਇਹ ਮੂਰਤੀ ਸ਼ਰਧਾਲੂਆਂ ਦੇ ਉੱਪਰ ਹੀ ਡਿੱਗ ਜਾਂਦੀ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ 9 ਸ਼ਰਧਾਲੂ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 5 ਨੂੰ ਛੁੱਟੀ ਵੀ ਤੁਰੰਤ ਇਲਾਜ ਤੋਂ ਬਾਅਦ ਦੇ ਦਿੱਤੀ ਗਈ ਹੈ। 4 ਸ਼ਰਧਾਲੂਆਂ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ, ਪਰ ਕਿਹਾ ਜਾ ਰਿਹਾ ਕਿ ਮੂਰਤੀ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਹਾਲਾਂਕਿ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ 7 ਜੁਲਾਈ ਨੂੰ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਦੌਰਾਨ ਭਗਦੜ ਮੱਚੀ ਸੀ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਕਰੀਬ ਕਈ ਲੋਕ ਜੋ ਸੀ ਉਹ ਜ਼ਖਮੀ ਹੋਏ ਸੀ ਅਤੇ ਇੱਕ ਵਿਅਕਤੀ ਦੀ ਇਸ ਦੇ ਵਿੱਚ ਮੌਤ ਹੋਈ ਸੀ। ਤਾਂ ਹੁਣ ਇਹ ਦੂਸਰਾ ਮਾਮਲਾ ਕੁਝ ਹੀ ਦਿਨਾਂ ਦੇ ਵਿੱਚ ਸਾਹਮਣੇ ਆਇਆ। ਦੱਸ ਦਈਏ ਕਿ ਉੜੀਸਾ ਦੇ ਪੁਰੀ 'ਚ ਭਗਵਾਨ ਜਗਨਨਾਥ ਰੱਥ ਯਾਤਰਾ ਦੇ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ। ਭਗਵਾਨ ਬਲਭਦਰ ਦੀ ਮੂਰਤੀ ਸੇਵਕਾਂ ਦੇ ਉੱਤੇ ਡਿੱਗੀ ਹੈ ਅਤੇ ਇਸ ਦੌਰਾਨ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਸ਼ਰਧਾਲੂਆਂ ਦੇ ਵੱਲੋਂ ਇਹ ਮੂਰਤੀ ਚੱਕੀ ਹੋਈ ਹੈ ਅਤੇ ਜਿਵੇਂ ਹੀ ਚੱਕ ਕੇ ਲਿਆ ਰਹੇ ਨੇ ਤਾਂ ਅਚਾਨਕ ਹੀ ਇਹ ਮੂਰਤੀ ਉਹਨਾਂ ਦੇ ਉੱਤੇ ਡਿੱਗ ਜਾਂਦੀ ਹੈ। ਹਾਲਾਂਕਿ ਕਾਫ਼ੀ ਭਾਰੀ ਇਹ ਮੂਰਤੀ ਹੁੰਦੀ ਹੈ, ਜਿਸ ਦੇ ਕਾਰਨ 9 ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 5 ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ 4 ਜੋ ਨੇ ਉਹ ਹਾਲੇ ਵੀ ਉਹਨਾਂ ਦੀ ਹਾਲਤ ਕਾਫ਼ੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ।